ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪਾਂ ਘੁੰਮਣ ਆਏ ਸੀ ਹਿਮਾਚਲ ਘਰ ਬੈਠੇ ਬੈਠੇ ਬੋਰ ਹੀ ਹੋ ਗਏ ਸੀ ਵੀਕਐਂਡ ਸੀਗਾ ਸੋਚਿਆ ਚਲੋ ਅਤੇ ਗੇੜੀ ਸ਼ੇੜੀ ਮਾਰ ਕੇ ਆਈਏ ਕੱਢਿਆ ਆਪਾਂ ਰੂਟ ਹਿਮਾਚਲ ਦਾ ਰਸਤੇ 'ਚ ਰੁਕੇ ਸੀ ਚਾਹ ਪੀਣ ਗਰਮੀ ਬਹੁਤ ਆ ਕਹਿੰਦੇ ਹੁੰਦੇ ਨਾ ਜ਼ਹਿਰ ਨੂੰ ਜ਼ਹਿਰ ਮਾਰਦੀ ਚਾਹ ਪੀ ਲਈਏ ਥੋੜ੍ਹੀ ਜਿਹੀ ਬਾਕੀ ਹੁਣ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਰੂਟ ਕੀ ਬਣਦਾ ਠੀਕ ਹੈ ਜੀ ਚਲੋ ਜੀ ਇਹ ਆਪਣਾ ਭਰਾ ਕਪਿਲ ਅੱਜ ਲੈ ਆਇਆ ਜ਼ਬਰਦਸਤੀ ਖਿੱਚ ਕੇ ਧੱਕੇ ਨਾਲ ਧੱਕਾ ਕਰਤਾ ਥੋੜ੍ਹਾ ਜਿਹਾ ਮਗਰ ਕਮਰਾ ਭੱਲੇ ਟਾਈਮ ਦੇ ਲਿਆ ਜੀ ਜਾਂ ਗੀਤੇ ਤੇ ਬਾੜੂ ਬੂੜੂ ਆਪਾਂ ਗਏ ਸੀ ਚਾਰ ਪੰਜ ਸਾਲ ਪੰਜ ਸਾਲ ਪਹਿਲੇ ਦੀ ਗੱਲ ਕਿੱਦਾਂ ਮਜ਼ਾ ਆ ਰਿਹਾ ਲਓ ਜੀ ਅਸੀਂ ਮਹਾਕਾਲੇਸ਼ਵਰ ਪਹੁੰਚ ਚੁੱਕੇ ਹਾਂ ਹਿਮਾਚਲ ਦੇ ਨਜ਼ਾਰੇ ਲਓ ਬਹੁਤ ਹੀ ਵਧੀਆ ਮੌਸਮ ਸੁਹਾਨਾ ਮੌਸਮ ਠੰਡਾ ਮੌਸਮ ਉਨਾ ਵੀ ਠੰਡਾ ਨਹੀਂ ਵੈਸੇ ਪਰ ਠੀਕ ਆ ਹਰਿਆਲੀ ਤਾਂ ਸ਼ਾਨਦਾਰ ਹੀ ਹੈ ਦੇਖ ਸਕਦੇ ਹੋ ਤੁਸੀਂ ਆਸਮਾਨ ਤੇ ਬਾਦਲ ਆ ਮੀਂਹ ਪੈਣ ਦੇ ਪੂਰੇ ਪੂਰੇ ਚਾਂਸ ਆ ਆਪਣਾ ਅੱਜ ਦਾ ਦਿਨ ਇੱਥੇ ਖਤਮ ਕਰਦੇ ਹਾਂ ਛੇ ਸੱਤ ਵੱਜ ਚੁੱਕੇ ਆ ਸ਼ਾਮ ਦੇ ਹੌਲੀ ਹੌਲੀ ਹਨੇਰਾ ਹੋ ਰਿਹਾ ਵੀਡੀਓ ਬਣਾਉਣਾ ਪੋਸੀਬਲ ਨਹੀਂ ਕੱਲ੍ਹ ਕੰਟੀਨਿਊ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਨਮਸਤੇ ਹੈਲੋ ਸਾਰਿਆਂ ਨੂੰ